ਜਿਵੇਂ ਨਾ ਆਪਣੇ ਪਿੰਡਾਂ 'ਚ ਦੁੱਧ ਦੀਆਂ ਡਾਇਰੀਆਂ ਹੁੰਦੀਆਂ, ਅਤੇ ਸਵਿਟਜ਼ਰਲੈਂਡ ਦੇ ਜਿਹੜੇ ਪਿੰਡ ਹੈ ਇੱਥੇ ਆਟੋਮੈਟਿਕ ਸਿਸਟਮ ਚੱਲਦਾ, ਜਿੰਨੇ ਬੰਦੇ ਮਤਲਬ ਆਪਣਾ ਗਾਵਾਂ ਦਾ ਪਿੰਡਾਂ ਵਾਲੇ ਦੁੱਧ ਚੋਂਦੇ ਆ, ਧਾਰਾਂ ਚੋਂਦੇ, ਉਹ ਇੱਥੇ ਟਾਊਨ 'ਚ ਇੱਕ ਛੋਟੇ 'ਚ ਇੱਥੇ ਪਾ ਕੇ ਜਾਂਦੇ ਹੈਗੇ, ਮਤਲਬ ਉਹ ਦੁੱਧ ਸਵੇਰ ਨੂੰ ਤਾਜ਼ਾ ਚੋ ਕੇ ਇੱਥੇ ਪਾ ਜਾਂਦੇ, ਅਤੇ ਜਿਹਨੇ ਲੈਣਾ ਹੁੰਦਾ ਉਹ ਇੱਥੋਂ ਚੱਕ ਕੇ ਲੈ ਜਾਂਦਾ। ਅਤੇ ਕਿਵੇਂ ਆਟੋਮੈਟਿਕ ਸਿਸਟਮ ਕੰਮ ਕਰਦਾ ਉਹ ਹੁਣ ਤੁਹਾਨੂੰ ਦਿਖਾਉਣਾ ਮੈਂ। ਅਤੇ ਮਤਲਬ ਇੱਥੇ ਸੈਪਰੇਟ ਕੋਈ ਡਾਇਰੀ ਨਹੀਂ ਹੁੰਦੀ ਦੁੱਧ ਦੀ, ਜਿਵੇਂ ਆਪਣੇ ਪਿੰਡਾਂ 'ਚ ਦੁੱਧ ਹੀ ਹੁੰਦੇ ਨੇ, ਇੱਕ ਬੰਦਾ ਵੀ ਦੁੱਧ ਵੇਚੀ ਜਾਂਦਾ ਹੈ ਨਾ, ਪਿੰਡ 'ਚੋਂ ਹੀ ਲਈ ਜਾਂਦਾ, ਪਿੰਡ 'ਚ ਹੀ ਵੇਚੀ ਜਾਂਦਾ। ਇੱਥੇ ਨਾ ਕੁਛ ਇਹੋ ਜਿਹਾ ਮਤਲਬ ਸਿਸਟਮ ਇਹ ਲੱਗਿਆ ਹੋਇਆ ਹੈਗਾ, ਆਹ ਮਸ਼ੀਨ ਲੱਗੀ ਹੋਈ ਹੈ, ਮਸ਼ੀਨ 'ਚ ਮਤਲਬ ਇੱਥੇ ਦੁੱਧ ਪਾ ਜਾਂਦੇ ਆ, ਅਤੇ ਕਿਵੇਂ ਨਿਕਲਦਾ ਉਹ ਸਾਰਾ ਤੁਹਾਨੂੰ ਦਿਖਾਉਣਾ ਜੀ। ਕੋਸ਼ਿਸ਼ ਕਰਾਂਗੇ ਇੱਕ ਫਰੈਂਕ ਪਾ ਕੇ ਕੱਢ ਵੀ ਲਵਾਂਗੇ ਥੋੜ੍ਹਾ ਜਿਹਾ ਦੁੱਧ। ਇਹ ਸਪੈਸ਼ਲ ਦੁੱਧ ਦੀ ਉਹ ਆ ਡਾਇਰੀ ਹੈ, ਮਤਲਬ ਆ ਲਿਖਿਆ ਹੋਇਆ ਬਰਾਊਨ ਸਵਿਸ ਦੁੱਧ ਦੀ ਡਾਇਰੀ ਹੈ, ਠੀਕ ਹੈ। ਅਤੇ ਜੇ ਤੁਹਾਡੇ ਕੋਲ ਬੋਤਲ ਵੀ ਨਹੀਂ ਹੈਗੀ ਤਾਂ ਤੁਸੀਂ ਇੱਥੋਂ ਬੋਤਲ ਵੀ ਇੱਥੋਂ ਲੈ ਸਕਦੇ ਹੋ। ਇੱਥੇ ਲਿਖਿਆ ਹੋਇਆ ਹੈਗਾ ਇਹਨਾਂ ਨੇ ਆਹ 20 ਪੈਨੀਆਂ ਦੀ, ਮਤਲਬ ਪੈਨੀਆਂ ਦੀ ਕਹਿ ਸਕਦੇ ਹੋ ਤੁਸੀਂ, ਫਰੈਂਕ 96 ਰੁਪਏ ਦਾ ਹੈਗਾ, ਉਹਦਾ 20ਵਾਂ ਹਿੱਸਾ 20 ਰਿਪਨ ਪਾ ਦਿਓ, ਆਰ 20 ਰਿਪਨ। ਤੇ ਇੱਥੋਂ ਆ ਕੀ ਹੈ, ਆ ਕੀ ਹੈ ਬਾਈ ਜੀ, ਅੱਛਾ ਇਹ 'ਚ ਪੈਸੇ ਪਾਉਣੇ ਆ, ਇਹਦੇ 'ਚ ਪੈਸੇ ਪਾ ਦਿਓ ਕਈ, ਜਿਵੇਂ ਆ ਤੁਹਾਨੂੰ ਡੱਬੇ 'ਚ ਦਿਖਾਉਣੇ ਆ, ਬਾਕਸ ਦੇ ਵਿੱਚ ਹੀ ਪੈਸੇ ਸਿੱਟੇ ਪਏ, ਇੰਨੀ ਇਮਾਨਦਾਰੀ ਇਹਨਾਂ ਦੇਸ਼ਾਂ 'ਚ। ਹੋ ਦੇਖੋ ਸਿੱਕੇ ਪਏ, ਠੀਕ ਹੈ, ਅਤੇ ਵਿੱਚ ਹੀ ਪਏ ਆ, ਵਿੱਚ ਪਾ ਕੇ ਆ ਬੋਤਲ ਕੱਢ ਲਓ ਜੇ ਤੁਹਾਡੇ ਕੋਲ ਬੋਤਲ ਨਹੀਂ। ਪਹਿਲਾਂ ਤੁਸੀਂ ਬੋਤਲ ਲੈਣੀ ਹੈ, ਫਿਰ ਜੇ ਤੁਸੀਂ ਦੁੱਧ ਲੈਣਾ ਹੈਗਾ ਤਾਂ ਇੱਥੇ ਤੁਸੀਂ ਆਪਦਾ ਸਿੱਕਾ ਪਾਉਣਾ ਹੈਗਾ, ਆਪਣੇ ਸਿੱਕਾ ਪਾਉਣਾ, ਅਤੇ ਇੱਥੇ ਤੁਸੀਂ ਬੋਤਲ ਰੱਖਣੀ ਆਪਦੀ, ਆਹ ਖੋਲ੍ਹ ਕੇ ਇਹ ਬੋਤਲ ਇੱਥੇ ਰੱਖਣੀ ਹੈ, ਅਤੇ ਤੁਹਾਨੂੰ ਦੁੱਧ ਦਾ 1 ਲੀਟਰ ਦੁੱਧ ਤੁਹਾਨੂੰ ਮਿਲ ਜੂਗਾ। ਅਤੇ ਅਸੀਂ ਸਵੇਰੇ ਇੱਥੇ ਲੋਕ ਪਾ ਕੇ ਜਾਂਦੇ ਆ, ਅਤੇ ਇੱਦਾਂ ਹੀ ਆ ਭਾਅ ਜੀ ਇਹ, ਹਾਂਜੀ ਭਾਅ ਜੀ, ਬਿਨਾਂ ਕਿਸੇ ਬੰਦੇ ਤੋਂ ਚੱਲਦਾ ਸਾਰਾ ਕੁਛ, ਹਾਂਜੀ। ਇਹਦੇ ਵਿੱਚ ਰੋਜ਼ ਸਵੇਰ ਨੂੰ ਦੁੱਧ ਪਾ ਜਾਂਦੇ ਆ। ਕਿੰਨਾ ਦੁੱਧ ਪੈਂਦਾ ਮਤਲਬ ਇੱਥੇ ਡੇਲੀ ਤੁਹਾਡੇ ਹਿਸਾਬ ਨਾਲ? ਇਹ ਮਸ਼ੀਨ ਦੇ ਅੰਦਰਲੇ ਪਾਸੇ ਪਿਆ ਹੋਇਆ? ਹਾਂਜੀ, ਇਹ ਮਸ਼ੀਨ ਦੇ ਵਿੱਚ ਹੀ ਫ੍ਰਿਜ ਹੈ, ਇਹਦੇ ਵਿੱਚ ਸਵੇਰ ਨੂੰ ਦੁੱਧ ਪਾ ਜਾਂਦੇ ਆ। ਹਾਂਜੀ, ਕਿੰਨੇ ਲੀਟਰ ਦੁੱਧ ਪਾ ਕੇ ਜਾਂਦੇ ਰੋਜ਼, ਮਤਲਬ ਇਹ ਵਿੱਚ ਉੱਤੇ ਡਿਪੈਂਡ ਆ, ਮਤਲਬ ਕਿੱਡੀ ਆ ਵਿੱਚ ਕੈਪੈਸਿਟੀ ਕਿੰਨੀ ਆ, ਹਨਾ ਕੈਪੈਸਿਟੀ ਕਿੰਨੀ ਆ, ਕਈ ਵੱਡੀਆਂ ਮਸ਼ੀਨਾਂ ਹੁੰਦੀਆਂ, ਕਈ ਛੋਟੀਆਂ ਹੁੰਦੀਆਂ। ਅੱਛਾ, ਦੁੱਧ ਮਤਲਬ ਜਿਹਨੇ ਲੈਣਾ ਉਹ ਇੱਥੋਂ ਲੈ ਵੀ ਸਕਦਾ, ਜਿਹਨੇ ਵੇਚਣਾ ਇੱਥੇ ਵੇਚ ਵੀ ਸਕਦਾ? ਨਹੀਂ, ਇਹ ਵੇਚਦਾ ਸਿਰਫ ਇੱਕ ਬੰਦਾ ਆ, ਵੇਚਦਾ ਇੱਕ ਬੰਦਾ ਜਿਹਦੀ ਡੈਰੀ ਆ, ਜਿਹਦੀ ਡੈਰੀ ਆ, ਹਾਂਜੀ, ਉਹਨੇ ਆਪਦੀ ਲਾਈ ਹੋਈ ਆ। ਠੀਕ ਆ, ਤੇ ਲਓ ਆ ਸਾਡੇ ਕੋਲੇ ਜੀ ਯੂਰੋ ਹੈ, ਸਾਡੇ ਕੋਲੇ ਫਰੈਂਕ ਤਾਂ ਸਾਨੂੰ ਮਿਲਿਆ ਨਹੀਂ, ਇਹ ਯੂਰਪ ਚੱਲਦਾ ਯੂਰੋ, ਇਹ ਪਾ ਕੇ ਦੇਖਦੇ ਹਾਂ, 2 ਯੂਰੋ ਪਾਓ ਬਾਈ ਜੀ, ਮਾੜਾ ਜਿਹਾ ਕਰੀਏ ਚੈੱਕ। ਬੋਤਲ ਲਿਆਓ ਪਹਿਲਾਂ, ਜੇ ਕੱਢਦਾ ਦੇਖ ਲਾਂਗੇ ਪੀ ਲਾਂਗੇ। ਇਹਨੇ ਕਿਹਾ ਸਿੱਧੀ ਨਹੀਂ ਰੱਖਣੀ ਬੋਤਲ, ਟੇਢੀ ਰੱਖਣ ਨੂੰ ਕਿਹਾ, ਆ ਦੇਖੋ। ਨਹੀਂ ਨਹੀਂ, ਤੁਸੀਂ ਪਾ ਕੇ, ਸਿੱਧੀ ਨਹੀਂ ਰੱਖਣੀ, ਟੇਢੀ ਰੱਖਣੀ, ਉਹ ਐਦਾਂ ਗਿਆ ਵੀ ਉੱਪਰ ਲਾ ਲਓ, ਇੱਥੇ ਐਦਾਂ ਲਾ ਲਓ। ਹਾਂ, ਉਹ ਲਿਆ ਨਹੀਂ, ਕੱਢਤਾ ਨਾ, ਯੂਰੋ ਲੈਂਦੇ ਨਹੀਂ ਜੀ, ਕਹਿੰਦੇ ਫਰੈਂਕ ਹੀ ਹੋਣਾ। ਚਲੋ ਤੁਹਾਨੂੰ ਐਕਸਪੈਰੀਮੈਂਟ ਦਿਖਾਤਾ, ਸਾਨੂੰ ਸਿੱਕਾ ਲੱਭ ਗਿਆ, ਇਹ ਹੁੰਦਾ ਸਵਿਟਜ਼ਰਲੈਂਡ ਦਾ ਸਿੱਕਾ, 2 ਫਰੈਂਕ ਹੈ ਇਹ, 200 ਰੁਪਈਆ ਇੰਡੀਆ ਦਾ ਮਤਲਬ, ਅਤੇ ਇਹ ਹੁਣ ਵਿੱਚ ਪਾਵਾਂਗੇ, ਅਤੇ ਆਹ ਦੁੱਧ ਦੇਖੋ ਜੀ ਹੁਣ ਨਿਕਲੂਗਾ। ਹਾਂਜੀ ਹਾਂਜੀ, ਪਾ ਦਿਓ ਪਾ ਦਿਓ ਪਾ ਦਿਓ। ਓ ਵਾਹ, ਆਉਣ ਲੱਗਿਆ ਨਾ, ਉਹ ਦੇਖੋ ਕਿਆ ਬਾਤ ਹੈ ਯਾਰ, ਸਟੋਪ ਤਾਂ ਨਹੀਂ ਕਰਨਾ, ਆਪ ਹੀ ਮੁੱਕ ਜੂਗਾ ਜਦੋਂ ਪੂਰਾ ਹੋ ਗਿਆ ਇਹ। ਇਹ ਇੰਡੀਆ ਦੇ ਨਾ ਸਟੇਸ਼ਨਾਂ 'ਤੇ ਹੁੰਦੀਆਂ ਸੀਗੀਆਂ ਇਹ ਲੱਗੀਆਂ ਹੋਈਆਂ, ਉੱਥੇ ਆਰ ਓ ਵਾਲਾ ਪਾਣੀ ਮਿਲਦਾ ਹੁੰਦਾ ਸੀ, ਇਹਨਾਂ ਦਾ ਮੈਨੂੰ ਯਾਦ ਆ ਸੀ ਵੀ ਕਈ ਵਾਰੀ ਭਰਿਆ ਆਰ ਓ ਵਾਲਾ ਪਾਣੀ ਹੁੰਦਾ ਸੀ, ਠੰਡਾ ਠਾਰ ਦੁੱਧ, ਇਸ ਤਾਂ ਕਰਕੇ ਦੇਖੀ ਤਾਜ਼ਾ ਦੁੱਧ ਕਿਹੋ ਜਿਹਾਗਾ ਜਿਹੜਾ ਕੱਢਿਆ ਹੈਗਾ। ਆਹ ਹਾ ਹਾ, ਕਿਆ ਬਾਤ ਹੈ, ਠੰਡਾ ਪਿਆ ਪੂਰਾ, ਐਨ
ਜਿਵੇਂ ਪਿੱਛੋਂ ਫਰਿੱਜ 'ਚੋਂ ਹੋ ਕੇ ਆਇਆ ਨਾ ਇਹ। ਅਤੇ ਬਾਕੀ ਤੁਸੀਂ ਇੱਕ ਗੱਲ ਇਹ ਦੇਖੋ ਇੱਥੇ ਵੀ ਯਾਰ ਇਮਾਨਦਾਰੀ ਕਿੰਨੀ ਆ। ਅਤੇ ਹਰੇਕ ਬੰਦਾ ਮਤਲਬ ਇੱਥੇ ਪੈਸੇ ਪਾਉਂਦਾ, ਪੈਸੇ ਪਾ ਕੇ ਦੁੱਧ ਕੱਢ ਕੇ ਲੈ ਕੇ ਜਾਂਦਾ। ਅਤੇ ਜਿਹੜੇ ਨਵੇਂ ਜਵਾਕ ਪਿੰਡ ਦੇ ਸਿੱਖ ਦੇ ਆਲਾ ਦੁਆਲਾ ਸਿੱਖਦਾ, ਸਮਾਜ ਨੂੰ ਕੀ ਸੇਧ ਜਾ ਰਹੀ ਹੈ। ਸਾਬੀ ਬਾਈ ਕਹਿੰਦੇ ਜਦੋਂ ਲੈਣ ਹੀ ਲੱਗੇ ਕਹਿੰਦੇ ਢੰਗ ਨਾਲ ਪੂਰਾ ਹੀ ਦੁੱਧ ਲੈ ਲੈਂਦੇ, 4 ਬੋਤਲਾਂ ਭਰ ਲਈਆਂ ਜੀ ਅੱਜ। ਅਤੇ ਬਾਕੀ ਦੇਖੋ ਸਹੂਲਤਾਂ ਦੇਖੋ ਨਾਲ ਆ, ਪੇਪਰ ਵਗੈਰਾ ਵੀ ਨਾਲ ਰੱਖੇ ਯਾਰ ਸਾਫ਼ ਕਰਨ ਨੂੰ, ਅਤੇ ਬੋਤਲਾਂ ਸਾਫ਼ ਕਰੋ ਕਿਉਂਕਿ ਦੁੱਧ ਉਹ ਗੰਦਾ ਹੋ ਜਾਂਦਾ ਹੈ ਨਾ। ਅਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਸਮਾਜ ਨੂੰ ਸੇਧ ਦੀ, ਤੁਸੀਂ ਦੇਖੋ ਵੀ ਇੱਥੋਂ ਮੈਂ ਕੀ ਸਿੱਖ ਕੇ ਜਾ ਰਿਹਾ ਨਾ। ਆਹ ਸਾਹਮਣੇ ਦੁਕਾਨ ਹੈਗੀ ਬਾਈ, ਕਹਿੰਦੇ ਦੁਕਾਨ 'ਤੇ ਕੋਈ ਨਹੀਂ ਬਹਿੰਦਾ, ਪਿੰਡ ਦੀ ਇਹ ਕਰਿਆਨੇ ਦੀ ਦੁਕਾਨ ਹੈ। ਪਿੰਡ ਦੀ ਹੈ ਨਾ ਬਾਈ ਤੁਹਾਡੇ? ਹਾਂਜੀ ਪਿੰਡ ਦੀ, ਮਤਲਬ ਕਰਿਆਨੇ ਦੀ ਦੁਕਾਨ ਹੈ। ਅਤੇ ਉਹ ਖੋਲ ਲਈ ਹੁਣ ਬਾਈ ਨੇ, ਅਤੇ ਇਹਦੇ ਅੰਦਰ ਸਮਾਨ ਰੱਖਿਆ ਹੋਇਆ ਹੈਗਾ। ਗਾਜਰਾਂ, ਦੇਸੀ ਬਿਲਕੁਲ, ਹਾਂ ਇੱਥੇ ਰੇਟ ਲਾਇਆ ਹੋਇਆ 4.50 ਨੂੰ ਕਿਲੋ। ਚਾਰ ਗਾਜਰਾਂ, ਚਾਰ ਫਰੈਂਚ। ਸਵਿਟਜ਼ਰਲੈਂਡ ਦੀ ਮਹਿੰਗਾਈ ਦੇਖ ਲਓ, ਕਹਿੰਦੇ ਹੁੰਦੇ ਕਹਿੰਦੇ ਸਵਿਟਜ਼ਰਲੈਂਡ ਸਸਤਾ ਹੈ, ਕਹਿੰਦੇ ਉਹੀ ਕਹੀ ਜਾਂਦੇ ਤੁਸੀਂ। 450 ਦੀਆਂ ਕਿਲੋ ਗਾਜਰਾਂ ਨੇ, 450 ਦੀਆਂ ਕਿਲੋ। ਹਾਂਜੀ, ਇਹ ਕੀ ਆ ਦਿਖਾਇਓ ਮਾੜਾ ਜਿਹਾ ਇੱਧਰ। 6 ਅੰਡੇ ਕਿੰਨੇ ਦੇ ਆ ਬਾਈ? 4.80 ਦੇ। 6 ਅੰਡੇ 4.80 ਦੇ, ਮਤਲਬ 400 450 ਰੁਪਏ ਦੇ ਬਣ ਗਏ। ਹਾਂਜੀ ਠੀਕ ਆ। ਅੱਛਾ ਇਹ ਮੈਨੂੰ ਵੈਸੇ ਕਰਿਆਨੇ ਦੀ ਨਹੀਂ ਲੱਗਦੀ, ਸਬਜ਼ੀਆਂ ਭਾਜੀਆਂ ਦੀ ਦੁਕਾਨ ਲੱਗਦੀ ਹੈ ਨਾ। ਇਹ ਜਿਹੜੇ ਖੇਤੀ ਕਰਦੇ ਆ ਨਾ ਜਿੱਦਾਂ, ਹਾਂਜੀ ਇਹਨਾਂ ਦੀ ਆਪਣੀ ਖੇਤੀ ਆ। ਅੱਛਾ, ਤੇ ਜਿਹੜੀਆਂ ਇਹ ਸਬਜ਼ੀਆਂ ਫਿਰ ਇੱਥੇ ਰੱਖ ਦਿੰਦੇ ਆ, ਲੋਕੀ ਜ਼ਿਆਦਾ ਪਸੰਦ ਕਰਦੇ ਮਾਰਕੀਟਾਂ ਨਾਲੋਂ ਇਦਾਂ ਦੀਆਂ ਚੀਜ਼ਾਂ ਲੈਣੀਆਂ। ਅੱਛਾ, ਇਸਦੇ ਵਿੱਚ ਹੀ ਬਣਦੀਆਂ, ਮਤਲਬ ਇਹ ਲੋਕਾਂ ਦੇ ਸਾਹਮਣੇ ਯਕੀਨ ਹੈ, ਅੱਖਾਂ ਦੇ ਸਾਹਮਣੇ ਉੱਗੀ ਹੋਈ ਹੈ। ਤੇ ਫਿਰ ਬਾਈ ਇਹਨੂੰ ਮਤਲਬ ਇਹਨਾਂ ਨੂੰ ਘਾਟਾ ਘੁਟਾ ਕਦੇ ਨਹੀਂ ਪੈਂਦਾ, ਕੋਈ ਨਹੀਂ ਚੱਕ ਕੇ ਲੈ ਜਾਂਦਾ ਇੱਦਾਂ? ਇੱਦਾਂ ਕੋਈ ਨਹੀਂ ਚੱਕ ਕੇ ਲੈ ਜਾਂਦਾ। ਅੱਛਾ, ਜੇ ਅਗਲੇ ਲੈ ਕੇ ਜਾਣੇ ਇੱਕ ਗਾਜਰ ਵੀ ਨਹੀਂ ਵੱਧ ਪਾਉਂਦਾ, ਅਗਲਾ ਇਮਾਨਦਾਰੀ ਨਾਲ ਉਨੀ ਲੈ ਕੇ ਜਾਂਦਾ। ਹਾਂਜੀ ਉਨੀ ਲੈ ਕੇ ਜਾਂਦਾ। ਕਮਾਲ, ਆਲੂ ਪਏ ਇੱਧਰ 10 ਫਰੈਂਕ ਨੂੰ 2 ਕਿਲੋ। 10 ਫਰੈਂਕ 1000 ਰੁਪਏ ਦੇ, 2 ਕਿਲੋ 500 ਰੁਪਏ ਦੇ ਕਿੰਨੇ ਬਣੇ? ਦੱਸ ਦਿਓ ਮਾੜਾ ਜਿਹਾ, ਸਾਰਿਆਂ ਨੂੰ ਦੱਸੀ ਜਾਓ ਰੇਟ। ਸਵਿਟਜ਼ਰਲੈਂਡ ਕਹਿੰਦੇ ਕਹਿੰਦੇ ਹੁੰਦੇ ਕਹਿੰਦੇ ਸਵਿਟਜ਼ਰਲੈਂਡ ਹੋਈ ਹੈ 500 ਦੇ ਕਿਲੋ ਹੋ ਗਏ ਇੰਡੀਆ ਦੇ, 500 ਦੇ ਕਿਲੋ, ਇੰਡੀਆ ਦੇ 500 ਦੇ ਕਿਲੋ ਆਲੂ ਹੈ ਬਾਈ ਸਵਿਟਜ਼ਰਲੈਂਡ 'ਚ। ਅਤੇ ਆਹ ਕੀ ਹੈ? ਇਹ ਭਾਜੀ ਸਲਾਦ ਆ। ਅੱਛਾ, 350 ਨੂੰ ਸਲਾਦ ਆ, ਸਲਾਦ ਹੈਗਾ 350 ਦਾ ਕਿਲੋ। ਕਿਲੋ ਨਹੀਂ ਬਸ ਇੰਨਾ। ਅੱਛਾ, ਇੰਨਾ 350 ਦਾ। ਆਹ ਦੇਖੋ ਆਹਨੂੰ ਪੱਟ ਕੇ ਇੱਦੀ ਫੁੱਲ ਇੱਦਾਂ ਹੀ ਰੱਖਤਾ ਲਫਾਫੇ ਜਵਾ ਕੇ ਰੱਖ ਦਿਆ, ਉਹ ਤਾਜ਼ਾ ਰਹੂਗਾ। ਹਾਂਜੀ ਜੜੋ ਦੀ। ਤੁਸੀਂ ਇੱਕ ਗੱਲ ਦੇਖੋ ਯਾਰ ਵੀ ਜਦੋਂ ਮਤਲਬ ਨਿਆਣੇ ਮਤਲਬ ਆਪਦੇ ਮਾਂ ਪਿਓ ਨਾਲ ਇੱਥੇ ਦੁਕਾਨ 'ਤੇ ਸਮਾਨ ਲੈਣ ਆਉਂਦੇ ਹੋਣਗੇ ਹੈ ਨਾ, ਤਾਂ ਉਹ ਕੀ ਸਿੱਖਿਆ ਲੈ ਕੇ ਜਾਂਦੇ ਆ ਬਚਪਨ 'ਚ? ਉਹਨਾਂ ਤੋਂ ਇਮਾਨਦਾਰੀ ਇੰਨੀ ਕੁੱਟ ਕੁੱਟ ਕੇ ਮਤਲਬ ਭਰੀ ਨਹੀਂ ਜਾਂਦੀ, ਉਹ ਦੇਖਦੀ ਆਹ ਕੁਛ ਹੈ ਆਲੇ ਦੁਆਲੇ ਤੋਂ ਦੇਖ ਕੇ ਸਿੱਖਦੇ ਆ। ਆਪਣੇ ਕੀ ਹੁੰਦਾ, ਆਪਣੇ ਚੋਰੀ ਕਰਨਾ, ਕਰਪਸ਼ਨ ਕਰਨਾ, ਉਹ ਵੀ ਸਮਾਜ 'ਚੋਂ ਸਿੱਖਦਾ ਬੰਦਾ। ਇੱਥੋਂ ਦਾ ਸਮਾਜ ਹੀ ਵਧੀਆ, ਆਲਾ ਦੁਆਲਾ ਵਧੀਆ, ਜਿਹੜੀਆਂ ਚੀਜ਼ਾਂ ਬੰਦਾ ਜਵਾਕ ਨਿਆਣਾ ਹੁੰਦਾ ਦੇਖਦਾ ਉਹੀ ਚੀਜ਼ਾਂ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲੀ ਬਾਅਦ 'ਚੋਂ ਕਰਦਾ ਹੈ ਨਾ। ਅਤੇ 100% ਤਾਂ ਚਲੋ ਲੋਕ ਕਿਤੇ ਵੀ ਸਹੀ ਨਹੀਂ ਹੁੰਦੇ, 100% ਤਾਂ ਸਵਿਟਜ਼ਰਲੈਂਡ 'ਚ ਵੀ ਐਂ ਨਹੀਂ ਹੈਗਾ ਵੀ ਸਾਰੇ ਇਮਾਨਦਾਰ ਹੈ, ਇੱਥੇ ਵੀ ਚੋਰ ਹੋਣਗੇ। ਬਟ ਇਹ ਆ ਮੋਸਟਲੀ ਮਤਲਬ ਮੈਜੋਰਟੀ ਕੀ ਕਰ ਰਹੀ ਹੈ, ਕੀ ਸਿੱਖ ਰਹੀ ਹੈ ਨਾ, ਇਹੋ ਜਿਹਾ ਸਮਾਜ ਹੈ ਇੱਥੇ ਦਾ। ਅਤੇ ਬਾਕੀ ਮਹਿੰਗਾਈ ਵਾਲਾ ਤਾਂ ਬਾਈ ਨੇ ਦਿਖਾਈ ਦਿੱਤਾ ਸਾਨੂੰ, ਚਿੱਪ ਕੱਢ ਰੱਖਿਆ ਸਵਿਟਜ਼ਰਲੈਂਡ ਨੇ ਹੈ, ਅਤੇ ਬਹੁਤ ਔਖਾ ਹੈਗਾ ਇੱਥੇ ਬਾਈ ਹੁਣੀ ਸਰਵਾਈਵ ਕਰੀ ਜਾਂਦੇ ਆ। ਤਨਖਾਹਾਂ ਮੋਟੀਆਂ ਇੱਥੇ 9-9 ਲੱਖ ਰੁਪਏ, 10-10 ਲੱਖ ਰੁਪਏ ਤਨਖਾਹ ਹੈ ਤਾਂ ਕੰਮ ਚੱਲੀ ਜਾਂਦਾ ਹੈਗਾ। ਜਿੰਨੀਆਂ ਤਨਖਾਹਾਂ ਵੱਧ ਹੈ ਖਰਚੇ ਵੱਧ ਹੈ, ਉਹਦਾ ਬਰਾਬਰੀ ਆ ਜਾਂਦੀ ਹੈ ਕਹਾਣੀ। ਬਚ ਕੁੱਲ ਮਿਲਾ ਕੇ ਬੱਚਤ ਬਚਾਓ ਵਾਲਾ ਕੰਮ ਤਾਂ ਉਹ ਹੈ ਜੀ ਹੈ ਨਾ।
ਤੇ ਹੁਣ ਅੱਗੇ ਚੱਲਦੇ ਹਾਂ, ਕੁਛ ਹੋਰ ਦਿਖਾਉਂਦੇ। ਜਿੰਨੀਆਂ ਵੀ ਇਹ ਤੁਹਾਨੂੰ ਗਾਵਾਂ ਦਿਖਾਈਆਂ ਸੀ ਨਾ, ਤੇ ਇਹਨਾਂ ਦਾ ਜਿਹੜਾ ਦੁੱਧ ਹੈ ਇੱਥੇ ਆ ਜਾਂਦਾ। ਪਿੰਡਾਂ 'ਚ ਛੋਟੀਆਂ ਛੋਟੀਆਂ ਫੈਕਟਰੀਆਂ ਬਣੀਆਂ ਹੁੰਦੀਆਂ ਨੇ ਇਹਨਾਂ ਦੀਆਂ ਆਪਣੀ, ਤੇ ਆਹ ਦੇਖੋ ਆਹ ਫੈਕਟਰੀ ਹੈਗੀ ਇਹ ਵੀ, ਤੇ ਇੱਥੇ ਫਿਰ ਕੀ ਹੈ ਸਾਰਾ ਇਹ ਬਣਾਇਆ ਜਾਂਦਾ। ਤਾਂ ਪਨੀਰ ਬਣਾਇਆ ਜਾਂਦਾ, ਹੋਰ ਬਣਾਇਆ ਜਾਂਦਾ, ਜਿਹਨੂੰ ਲੋੜ ਹੈ ਇੱਥੇ ਲੈ ਜਾਂਦਾ ਇੱਦਾਂ ਹੀ। ਅਤੇ ਆਹ ਦੇਖੋ ਇੱਥੇ ਇਹਨਾਂ ਨੇ ਜਿਵੇਂ ਏਅਰਪੋਰਟ 'ਤੇ ਲੱਗੀਆਂ ਹੁੰਦੀਆਂ ਨੇ, ਆਪਣੇ ਦਿੱਲੀ ਏਅਰਪੋਰਟ 'ਤੇ ਦੇਖਦੇ ਹਾਂ ਜਾਂ ਬਾਹਰ ਹੋਰ ਕਿਤੇ ਵੀ ਲੱਗੀਆਂ ਹੁੰਦੀਆਂ, ਐਂ ਮਸ਼ੀਨਸ ਲੱਗੀਆਂ, ਅਤੇ ਇਹਦਾ ਕੋਡ ਪਾਓ। ਇੱਥੇ ਬੰਦਿਆਂ ਦੀ ਟਾਈਮ ਦੀ ਇੰਨੀ ਵੈਲਿਊ ਆ, ਮਤਲਬ ਕੋਈ ਖੜਦੀ ਨਹੀਂ ਹੈਗਾ ਦੁਕਾਨ 'ਤੇ, ਦੁਕਾਨਾਂ 'ਤੇ ਕੋਈ ਨਹੀਂ ਤੁਹਾਨੂੰ ਮਿਲੂ। ਇਹ 'ਚ ਕੋਇਨ ਪਾਓ, ਸਿੱਕਾ ਪਾਓ, ਨੰਬਰ ਦੱਬੋ ਕਿੰਨਾ ਨੰਬਰ ਤੁਹਾਨੂੰ ਚਾਹੀਦਾ ਸਮਾਨ, ਵੀ 45 ਨੰਬਰ ਚਾਹੀਦਾ, 6.5 ਫਰੈਂਕ ਦਾ ਉਹ, 6.5 ਫਰੈਂਕ ਪਾਓ ਅਤੇ ਤੁਹਾਨੂੰ ਸਮਾਨ ਮਿਲ ਜਾਊਗਾ। ਇੱਦਾਂ ਹੀ ਆ ਨਾ ਸਾਬੀ ਵੀਰੇ, ਮਤਲਬ ਅੱਛਾ ਟੈਲੀਫੋਨ ਤੋਂ ਪੇ ਕਰ ਸਕਦੇ ਹਾਂ ਜਾਂ ਕਾਰਡ ਰਾਹੀਂ ਪੇ ਕਰ ਸਕਦੇ ਹਾਂ, ਹੈ ਨਾ। ਇਹ ਫੈਕਟਰੀ ਹੈ ਪੂਰੀ? ਅੱਛਾ ਪਿਛਲੇ ਪਾਸੇ ਦੇਖਦਾ ਹੈ ਨਾ, ਠੀਕ ਆ। ਤੇ ਜਿੰਨਾ ਪਿੰਡ ਦਾ ਦੁੱਧ ਹੈ ਸਾਰਾ ਇੱਥੇ ਆ ਜਾਂਦਾ, ਮਤਲਬ ਜਿੰਨਾ ਨੇੜੇ ਤੇੜੇ ਖੇਤਾਂ ਦਾ, ਜਿੰਨਾ ਆਪਾਂ ਏਰੀਆ ਦੇਖਦੇ ਹਾਂ। ਅੱਛਾ ਖੇਤਾਂ ਦਾ ਦੁੱਧ ਇੱਥੇ ਆ ਗਿਆ, ਇੱਥੇ ਫੈਕਟਰੀ ਹੈ। ਅੱਛਾ ਪਨੀਰ ਬਣਾ ਦਿੰਦੀ ਹੈ ਸਾਰੀ। ਇਹ ਕਿਸੇ ਦੀ ਪ੍ਰਾਈਵੇਟ ਲਾਈ ਹੋਈ ਹੈ ਜਾਂ ਸਰਕਾਰੀ ਹੈ, ਕਿਵੇਂ ਆ? ਹਾਂਜੀ ਇਹ ਪ੍ਰਾਈਵੇਟ ਹੈ। ਅੱਛਾ ਪ੍ਰਾਈਵੇਟ ਕਿਸੇ ਨੇ ਲਾਈ ਹੋਈ ਹੈ। ਡੇਰੀ ਵਾਲੇ ਇਹਨਾਂ ਨੂੰ ਦੁੱਧ ਵੇਚਦੇ ਆ। ਅੱਛਾ ਡੇਰੀ ਵਾਲੇ ਦੁੱਧ ਇੱਥੇ ਦੇ ਜਾਂਦੇ ਆ, ਠੀਕ ਆ। ਚੀਜ਼ ਵਗੈਰਾ ਬਣਾ ਕੇ ਵੇਚਦੇ ਆ। ਓਕੇ ਪਿੰਡ 'ਚ ਐਂ, ਪਿੰਡ ਦੇ ਵੈਸੇ ਪਿੰਡ ਦੇ ਬਾਹਰ ਬਾਹਰ ਆਏ, ਪਿੰਡ ਦੇ ਬਾਹਰ ਜਿਹਾ ਹੁਣ ਅਸੀਂ। ਉਹ ਜੀ ਅਸੀਂ ਪਹੁੰਚ ਗਏ ਹਾਂ ਸਾਬੀ ਬਾਈ ਹੁਣਾਂ ਦੇ ਪਿੰਡ, ਅਤੇ ਇਹਨਾਂ ਦਾ ਘਰ ਹੈਗਾ ਇੱਥੇ, ਅਤੇ ਤੁਹਾਨੂੰ ਦਿਖਾਉਂਦੇ ਹਾਂ, ਨਾਲੇ ਸਾਰੀ ਫੈਮਿਲੀ ਨਾਲ ਨਿਆਣੇ ਨਾਲ ਮਿਲਾਉਂਦੇ ਹਾਂ। ਪਿਛਲੇ ਵਾਰ ਜਿਨ੍ਹਾਂ ਨੇ ਵਿੰਟਰ 'ਚ ਦੇਖਿਆ ਹੋਣਾ ਜਦੋਂ ਅਸੀਂ ਆਏ ਸੀ, ਉਹ ਤਾਂ ਬਾਈ ਜੀ ਦੀ ਫੈਮਿਲੀ ਨੂੰ ਵੀ ਜਾਣਦੇ ਹੋਣਗੇ ਅਤੇ ਨਿਆਣੇ ਨੂੰ ਵੀ ਜਾਣਦੇ ਹੋਣਗੇ। ਇਹ ਨਿਆਣਾ ਵੱਡਾ ਹੋ ਗਿਆ, ਭੈਣ ਆ ਗਈ। ਹੈਲੋ, ਕਿੱਦਾਂ? ਗੂਠਾ ਚੁੰਘਣ ਲੱਗ ਗਿਆ ਜੀ ਇਹ, 3 ਮਹੀਨੇ ਵੱਡਾ ਹੋ ਗਿਆ ਨਾ। ਇੱਕ ਬਾਏ ਕਰਨਾ ਸਿੱਖ ਗਿਆ ਤੇ ਦੂਜਾ ਤਾੜੀ ਮਾਰਨਾ ਸਿੱਖ ਗਿਆ। ਤੇ ਜਿਹੜੇ ਆਹ ਸੀਗੇ ਪੱਤੇ ਪੁੱਤੇ, ਪਿਛਲੀ ਵਾਰ ਬਾਈ ਸਾਬੀ ਕੁਛ ਵੀ ਨਹੀਂ ਸੀਗਾ, ਹੈ ਨਾ, ਖਾਲੀ ਪਿਆ ਸੀ ਸਾਰਾ। ਹਾਂਜੀ ਹੁਣ ਲਾਪੇ ਸੇਬ ਜੇ ਲੱਗਣ। ਹਾਂਜੀ ਤੇ ਥੋੜੇ ਥੋੜੇ ਸੇਬ ਲੱਗਣ ਲੱਗ ਪਏ। ਆਹ ਸੇਬਾਂ ਦੇ ਬੂਟੇ ਤੁਸੀਂ ਦੱਸਦੇ ਸੀ ਉਦੋਂ ਵੀ, ਸੇਬਾਂ ਦੇ ਬੂਟੇ ਲਾਏ ਆ, ਹੈ ਨਾ। ਹਾਂਜੀ ਠੀਕ ਆ, ਸੇਬਾਂ ਦੇ ਲਾਏ ਆ, ਹੋਰ ਕਾਹਦੇ ਲਾਏ ਆ? ਆੜੂ, ਆੜੂ ਕਹਿੰਦੇ ਸੀ, ਪਤਾ ਨਹੀਂ ਤੁਸੀਂ? ਨਹੀਂ ਆੜੂ ਨਹੀਂ ਭਾਜੀ, ਦੂਜੇ ਆ। ਉਦੋਂ ਤਾਂ ਇੱਥੇ ਨਾ ਇੱਕ ਵੀ ਪੱਤਾ ਨਹੀਂ ਸੀਗਾ, ਆ ਉਰੇ ਸਾਰਾ ਇੱਥੋਂ ਘਰ ਸਾਫ਼ ਦਿਖਦਾ ਹੁੰਦਾ ਸੀਗਾ। ਬਾਏ ਕਰਦੇ ਜ਼ੋਰਾਵਰ, ਬਾਏ ਕਰਦੇ, ਬਾਏ 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 ਬਾਏ, ਵਾਹ ਸ਼ਾਬਾਸ਼। ਤੇ ਦੇਖੋ ਇੰਨਾ ਜਿਹੜਾ ਸਵਿਟਜ਼ਰਲੈਂਡ ਆ ਹਰਾ ਭਰਾ ਹੋ ਜਾਂਦਾ ਹੈਗਾ, ਅਤੇ ਮੈਂ ਜੇ ਮੇਰੇ ਕੋਲ ਫੋਟੋਆਂ ਹੁੰਦੀਆਂ ਨਾ ਪੁਰਾਣੀਆਂ ਫੋਟੋਆਂ ਇੱਥੇ ਵਾਲੀਆਂ ਮੈਨਸ਼ਨ ਕਰੂੰਗਾ ਤੁਹਾਨੂੰ, ਅਤੇ ਉਦੋਂ ਕਿਹੋ ਜਿਹਾ ਦਿਖਦਾ ਸੀਗਾ ਹੁਣ ਕਿਹੋ ਜਿਹਾ ਦਿਖਦਾ ਹੈਗਾ ਸਾਰਾ ਆਲਾ ਦੁਆਲਾ। ਅਤੇ ਪਿੰਡ ਵੀ ਦਿਖਾ ਦਾਂ ਜੇ ਤੁਹਾਨੂੰ ਥੋੜ੍ਹਾ ਜਿਹਾ, ਪਿੰਡ ਵੀ ਪੂਰਾ ਗ੍ਰੀਨ ਹਰਾ ਭਰਾ ਹੈਗਾ ਬਾਈ ਹੁਣਾਂ ਦਾ। ਇਹ ਪਿੰਡ ਹੈ ਬਾਈ ਹੁਣਾਂ ਦਾ, ਕਿਹੜਾ ਪਿੰਡ ਆ ਬਾਈ ਇਹ? ਇਹ ਥੋਰੀਗਨ। ਥੋਰੀਗਨ? ਹਾਂਜੀ ਥੋਰੀਗਨ। ਹਾਂਜੀ ਥੋੜ੍ਹੀ ਗਨ, ਥੋੜ੍ਹੀ ਗਨ ਚੱਕਣੀ ਹੈ, ਥੋੜ੍ਹੀ ਗਨ, ਥੋੜ੍ਹੀ ਗਨ। ਅਤੇ ਆਹ ਦੇਖੋ ਆਹ ਸਾਰਾ ਪਿੰਡ ਹੈ। ਲੋਕਾਂ ਨੇ ਘਰਾਂ 'ਚ ਨਾ ਗਾਈਆਂ ਗੁਈਆਂ ਵੀ ਰੱਖਤੀਆਂ, ਪਹਿਲਾਂ ਤਾਂ ਆਹ ਵੀ ਨਹੀਂ ਹੁੰਦੀਆਂ ਸੀਗੀਆਂ, ਤੁਹਾਨੂੰ ਦਿਖਾਉਣਾ ਮੈਂ ਇੱਧਰਲੇ ਪਾਸੇ ਨਾ। ਆਹ ਦੇਖੋ ਕਿੰਨੀ ਗ੍ਰੀਨਰੀ ਹੈ ਬਾਈ, ਗ੍ਰੀਨ ਪਹਿਲਾਂ ਨਾ ਬਾਹਲਾ ਜ਼ਿਆਦਾ ਹੋ ਗਿਆ, ਹੈ ਨਾ। ਹਾਂਜੀ ਪਹਿਲਾਂ ਇੰਨੀ ਗ੍ਰੀਨਰੀ ਨਹੀਂ ਸੀ, ਹੈ ਨਾ, ਉਦੋਂ ਜਦੋਂ ਤੁਸੀਂ ਆਏ ਸੀਗੇ ਉਦੋਂ ਸਿਆਲ ਸੀਗੇ, ਹੈ ਨਾ। ਹਾਂਜੀ ਤਾਂ ਕਰਕੇ ਪੱਤੇ ਪੁੱਤੇ ਚੜੇ ਹੋਏ ਸੀ, ਹੈ ਨਾ। ਹੁਣ ਤਾਂ ਬਹੁਤ ਜ਼ਿਆਦਾ ਹਰਾ ਭਰਾ ਹੈਗਾ। ਮੈਂ ਆਹ ਗਾਈ ਹੁਣ ਰੱਖੀ ਆ, ਆ ਜਾਓ ਗਾਈ ਦਿਖਾ ਦਈਏ ਬੜੀ। ਆਹ ਦੇਖੋ ਇੱਧਰਲੇ ਪਾਸੇ ਤੁਹਾਨੂੰ ਦਿਖਾਉਣਾ, ਇਹ ਲੋਕ ਹੈ
ਸਵਿਸ ਗਾਈਆਂ ਨਾ ਸਵਿਟਜ਼ਰਲੈਂਡ ਦੀ ਪਛਾਣ ਹੈਗੀ ਅਤੇ ਐਂ ਗਾਈਆਂ ਇਹ ਘਰਾਂ 'ਚ ਵੀ ਰੱਖਦੇ ਨੇ ਬਾਈ ਦੇ ਗੁਆਂਢੀਆਂ ਨੇ ਰੱਖੀ ਹੋਈ ਆ ਇਹ ਬਾਈ ਜਵਾਕਾਂ ਨੇ ਖੇਡਣ ਨੂੰ ਰੱਖੀ ਹੈ ਕਿ ਸ਼ੋਪੀਸ ਨੂੰ ਰੱਖੀ ਹੈ ਨਹੀਂ ਇਹਨਾਂ ਦਾ ਖੇਤੀ ਦਾ ਕੰਮ ਹੈ ਨਾ ਅੱਛਾ ਇਹਨਾਂ ਦਾ ਵੀ ਖੇਤੀ ਦਾ ਕੰਮ ਹੈ ਇਹਨਾਂ ਦਾ ਵੀ ਖੇਤੀ ਦਾ ਕੰਮ ਆ ਅੱਛਾ ਠੀਕ ਹੈ ਉਹਦੇ ਕਰਕੇ ਇਹਨਾਂ ਨੇ ਰੱਖੀ ਹੋਈ ਹੈ ਜਿੱਦਾਂ ਸ਼ੋਅ ਵਾਸਤੇ ਕਹਿ ਲਓ ਅੱਛਾ ਮਤਲਬ ਰੀਪ੍ਰੈਜੈਂਟ ਕਰਦੀ ਹੋਈ ਅਸੀਂ ਲੈਂਡ ਲਾਰਡ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਆ ਜਿੰਨੇ ਪੁੱਠੇ ਕੰਮ ਹੈ ਖੁਸ਼ੀ ਤੋਂ ਕਰਾ ਲਓ ਸਿੰਘ ਵੀ ਫੜ ਲੱਗਾ ਹੁਣ ਇਹਦੇ ਅੱਗੇ ਨੂੰ ਬਿਠਾਊਗਾ ਜੀ ਗਲ ਤੇ ਟੱਲੀ ਜ਼ਰੂਰ ਹੁੰਦੀ ਇਹਨਾਂ ਦੇ ਗਲ 'ਚ ਹੱਸਦਾ ਵੀ ਹੱਸਦਾ ਪੂਰਾ ਖੁਸ਼ ਆ ਸੋ ਇਹ ਸੀ ਆਪਣਾ ਅੱਜ ਦਾ ਵਲੋਗ ਅਤੇ ਜਿਹਦੇ 'ਚ ਤੁਹਾਨੂੰ ਦਿਖਾਉਣਾ ਸੀਗਾ ਸਵਿਸ ਦੀ ਪੇਂਡੂ ਜ਼ਿੰਦਗੀ ਦਾ ਆਲਾ ਦੁਆਲਾ ਅਤੇ ਹੁਣ ਬਾਈ ਜੀ ਦੇ ਘਰ ਪਹੁੰਚ ਗਏ ਅਤੇ ਅੱਜ ਇੱਥੇ ਬਾਈ ਹੋਣਾਂ ਕੋਲ ਰਹਿਣਾ ਹੈਗਾ ਅਤੇ ਦੋ ਕੁ ਦਿਨ ਅਸੀਂ ਅਜੇ ਸਵਿਟਜ਼ਰਲੈਂਡ 'ਚ ਹੋਰ ਹਾਂ ਅਤੇ ਉਦੋਂ ਬਾਅਦ 'ਚ ਫਿਰ ਇੰਗਲੈਂਡ ਆਇਰਲੈਂਡ ਆਇਰਲੈਂਡ ਤੋਂ ਬਾਅਦ ਸਕੋਟਲੈਂਡ ਵੈਸੇ ਤਾਂ ਸਕੋਟਲੈਂਡ ਤੋਂ ਮੈਸੇਜ ਆਉਣੇ ਸ਼ੁਰੂ ਵੀ ਹੋ ਗਏ ਅਤੇ ਮਿਲਦੇ ਹਾਂ ਜੀ ਨਵੇਂ ਵਲੋਗ 'ਚ ਨਵੀਂ ਵੀਡੀਓ ਦੇ ਨਾਲ ਘੁਮਾਉਂਦੇ ਰਹਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ